ਪੁਰਾਣੇ ਟਾਈਮ 'ਚ ਬੰਦੇ ਅਤੇ ਬੁੜੀਆਂ 'ਚ ਬਹੁਤ ਜ਼ਿਆਦਾ ਫਰਕ ਕੀਤਾ ਜਾਂਦਾ ਸੀ, ਪਰ ਟਾਈਮ ਦੇ ਨਾਲ ਅਤੇ ਸੋਸ਼ਲ ਮੀਡੀਆ ਦੀ ਪ੍ਰੈਜੈਂਸ ਨਾਲ ਇਹ ਸਭ ਕੁਝ ਬਹੁਤ ਘੱਟ ਗਿਆ। ਹੁਣ ਬਸ ਸਿਰਫ ਇਹ ਫਿਲਮਾਂ ਵੈਬ ਸੀਰੀਜ਼ 'ਚ ਦੇਖਣ ਨੂੰ ਮਿਲਦਾ। ਅਤੇ ਅੱਜ ਆਪਾਂ ਇਹਦੇ 'ਤੇ ਗੱਲਬਾਤ ਕਨਵਰਸੇਸ਼ਨ ਕਰਾਂਗੇ ਨੀਰੂ ਬਾਜਵਾ ਦੀ ਨਵੀਂ ਮੂਵੀ ਦੇ ਟ੍ਰੇਲਰ ਬਾਰੇ। ਮੂਵੀ ਦੇ ਟ੍ਰੇਲਰ 'ਚ ਵਿਮਨ ਇੰਪਾਵਰਮੈਂਟ ਦੀ ਗੱਲ ਕੀਤੀ ਗਈ ਆ। ਮੂਵੀ ਦੇ ਟ੍ਰੇਲਰ 'ਚ ਦੱਸਿਆ ਕਿ ਬੰਦਿਆਂ ਨੂੰ ਡਰਾ ਕੇ ਕਿਤੇ ਬੁੜੀਆਂ ਸਾਡੇ ਤੋਂ ਉੱਪਰ ਆ ਕੋਈ ਗੱਲ ਇਹਨਾਂ 'ਤੇ ਐਵੇਂ ਜਨਾਨੀਆਂ ਥੱਲੇ ਲੱਗ ਜਾਗੇ। ਚਾਚੀ ਇੱਕ ਅੱਧੀ ਬਾਜੀ ਸਾਡੇ ਨਾਲ ਵੀ ਲਾ ਲਓ, ਬਣਾਈਏ ਕਿਸੇ ਨੂੰ ਭਾਬੀ ਭੁੱਬੀ ਪਰ ਨਾ ਚੱਲ ਜਾਣ। ਉਹਨਾਂ ਦਾ ਸੰਗਠਨ ਟੋਲੀ ਟੋਲੀ 'ਚ ਦੇਖ ਕੇ ਇਹਨਾਂ ਸਾਰੇ ਸੰਗਠਨ ਦੀ ਲੀਡਰ ਹੈਗੀ ਆ ਭੂਰੋ, ਜੋ ਕਿ ਨਿਰਮਲ ਰਿਸ਼ੀ ਪਲੇ ਕਰ ਰਿਹਾ, ਤੇ ਉਹਦੇ ਓਪੋਨੈਂਟ 'ਚ ਹੈਗੇ ਮਲਕੀਤ ਰੋਣੀ ਜੋ ਪਿੰਡ ਦੇ ਸਰਪੰਚ। ਜੇ ਪਿੰਡ ਦੀਆਂ ਜਨਾਨੀਆਂ ਫੈਸਲੇ ਕਰਨ ਲੱਗ ਗਈਆਂ ਨਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਭੂਰੋ, ਇੱਕ ਤੇ ਚੜ੍ਹਦੀ ਆਉਂਦੀ ਹੈ ਤੇਰੇ। ਅੱਛਾ ਫਿਰ ਇੱਦਾਂ ਹੀ ਇਹਨਾਂ ਦੀ ਕੋਲਡ ਵਾਰ 'ਚ ਨੀਰੂ ਬਾਜਵਾ ਦੀ ਐਂਟਰੀ ਹੁੰਦੀ ਹੈ ਜੋ ਕਿ ਇੰਸਪੈਕਟਰ ਆ। ਉਹਨਾਂ ਦਾ ਕਰੈਕਟਰ ਇੱਦਾਂ ਦਿਖਾਇਆ ਗਿਆ ਕਿ ਜਿੱਦਾਂ ਟ੍ਰਿਪਲ ਆਰ ਵਾਲੇ ਰਾਮਚਰਨ ਵਾਂਗੂ, ਵੀ ਅਸੀਂ ਉੱਪਰੋਂ ਉੱਪਰੋਂ ਤਾਂ ਤੁਹਾਡੇ ਖਿਲਾਫ ਹਾਂ ਤੇ ਅੰਦਰੋਂ ਤੁਹਾਡੇ ਨਾਲ ਹੀ ਹਾਂ। ਕੁੜੀਆਂ ਤੇ ਬਹੁਤ ਲੱਗਦੀ ਕਿਉਂਕਿ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ। ਜਾਂ ਫਿਰ ਨੀਰੂ ਬਾਜਵਾ ਦਾ ਮਾਈਂਡਸੈਟ ਬਾਅਦ ਚ ਚੇਂਜ ਹੋਵੇ ਰੀਅਲ ਡਿਸਕ੍ਰਿਮੀਨੇਸ਼ਨ ਦੇਖ ਕੇ। ਹਾਏ ਕਿਉਂ ਮਾਰਦਾ ਓਡੇ ਸਿਰ ਤੇ ਸਾਡੀਆਂ ਜੁੱਤੀਆਂ ਸਿਰ ਤੇ ਨਾ ਚੜਾ। ਬਾਕੀ ਕੋਮੇਡੀ ਨਾਲ ਥੋੜੀ ਸੀਰੀਅਸ ਵੀ ਆ ਮੂਵੀ, ਸ਼ਾਇਦ ਡੋਮੈਸਟਿਕ ਅਬਿਊਜ਼ ਵਾਲਾ ਐਂਗਲ ਦਿਖਾਇਆ ਜਾਵੇ। ਬਾਕੀ ਇਹ ਸਭ ਤਾਂ ਲੱਗੂਗਾ 15 ਤਰੀਕ ਨੂੰ ਪਤਾ। ਤੇ ਇਸ ਮੂਵੀ ਦੀ ਪ੍ਰਮੋਸ਼ਨ ਵੀ ਕਾਫੀ ਵਧੀਆ ਕਰ ਰਿਹਾ ਇਹਦੀ ਟੀਮ। ਬਾਕੀ ਇਸ ਮੂਵੀ 'ਚ ਜਸਵਿੰਦਰ ਬਰਾੜ ਵੀ ਹੋਊਗੇ ਤੇ ਉਹਨਾਂ ਦਾ ਗਾਣਾ ਤੇ ਐਂਡ ਤੇ ਨੂਰਾ ਸਿਸਟਰ ਦਾ ਗਾਣਾ ਬਹੁਤ ਜ਼ਿਆਦਾ ਮੀਨਿੰਗਫੁਲ ਜਿਹਾ ਲੱਗਦਾ ਤੇ ਰਿਲੇਟ ਕਰਦਾ ਉਹ ਸੀਨ ਨਾਲ ਜਿਹੜੇ ਦਿਖਾਏ ਗਏ ਟ੍ਰੇਲਰ 'ਚ, ਜੋ ਕਿ ਬਹੁਤ ਬਹੁਤ ਚੰਗੀ ਗੱਲ ਆ ਮੂਵੀ ਲਈ। ਬਾਕੀ ਮੇਰੇ ਓਪੀਨੀਅਨ ਨਾਲ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਕਿ ਇਸ ਮੂਵੀ ਦਾ ਨਾਮ ਕੁਛ ਮੀਨਿੰਗਫੁਲ ਇੰਪੈਕਟ ਜਿਹਾ ਪਾਉਂਦਾ ਆ, ਬੂਹੇ ਬਾਰੀਆਂ ਵੀ ਇੱਕ ਘਰ ਇੱਕ ਇਕੱਲੇ ਦਰਵਾਜ਼ੇ ਜਾਂ ਇਕੱਲੀਆਂ ਖਿੜਕੀਆਂ ਨਾਲ ਸੋਹਣਾ ਨਹੀਂ ਲੱਗਦਾ, ਉਹਨਾਂ ਦੋਵਾਂ ਦੀ ਬਰਾਬਰ ਮਹੱਤਤਾ ਹੁੰਦੀ ਹੈ ਉਸ ਘਰ ਲਈ। ਜੇ ਦੇਖਿਆ ਜਾਵੇ ਤਾਂ ਇਸ ਮੂਵੀ 'ਚ ਬੰਦੇ ਤੇ ਤੀਵੀਆਂ ਦੇ ਵਿੱਚ ਇਕੁਐਲਿਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਇਸ ਮੂਵੀ ਦਾ ਨਾਮ ਬੂਹੇ ਬਾਰੀਆਂ ਹੋ ਸਕਦਾ। ਬਾਕੀ ਇਸ ਵੁਮੈਨ ਇੰਪਾਇਰਮੈਂਟ ਦੀ ਗੱਲ ਚੱਕਦੀ, ਇੱਕ ਥੋੜੇ ਟਾਈਮ ਪਹਿਲਾਂ ਮੂਵੀ ਰਿਲੀਜ਼ ਹੋਈ ਸੀ ਸੋਨਮ ਬਾਜਵਾ ਦੀ ਗੋਡੇ ਗੋਡੇ ਚਾ, ਸ਼ਾਇਦ ਉਹਦੇ ਤੋਂ ਥੋੜੀ ਇੰਸਪੀਰੇਸ਼ਨ ਹੋਵੇ ਵੀ ਸ਼ਾਇਦ ਜੇ ਉਹ ਚੱਲ ਗਈ ਤਾਂ ਸਾਡੀ ਮੂਵੀ ਵੀ ਚੱਲ ਜਾਵੇ। ਕੰਮ ਤਾਂ ਹੁਣ ਤੱਕ ਵਧੀਆ ਕੀਤਾ, ਨੋ ਡਾਊਟ। ਬਾਕੀ ਆਪਾਂ ਗੱਲ ਕੀਤੀ ਸੀ ਚੇਤਾ ਸਿੰਘ ਮੂਵੀ ਬਾਰੇ, ਉਹ ਵੀ ਦੇਖ ਲਓ ਇੱਕ ਵਾਰੀ, ਉੱਤੇ ਵੀ ਨਿਗਾਹ ਮਾਰ ਲਿਓ। ਬਾਕੀ ਫੇਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ।